ਚਰਨਜੀਤ ਸਿੰਘ ਚੰਨੀ ਦੀ ਬਹੁਤ ਖੁਸ਼ੀ ਹੋਈ। 20 ਰੁਪਏ ਵਧਾ ਕੇ 10 ਰੁਪਏ ਘਟਾ ਦੇਣਾ, ਇਹਦੇ 'ਚ ਕੋਈ ਗੱਲ ਹੀ ਨਹੀਂ। ਬਹੁਤ ਹੁੰਦੇ 10 ਰੁਪਏ, ਸੋਚੀਏ ਤਾਂ 10 ਰੁਪਏ ਤਾਂ ਰੁਪਈਆ ਪਹਿਲਾਂ ਛੋਟੇ ਦੇ ਕਿੰਨੇ ਹੁੰਦੇ ਸੀ, ਅਤੇ 10 ਰੁਪਏ ਫਿਰ ਬਹੁਤ ਆਈ, ਬਹੁਤ ਫਰਕ ਪੈ ਗਿਆ। ਕੋਈ ਫਾਇਦਾ ਨਹੀਂ ਪੈਂਦਾ ਹੈਗਾ, ਕੋਈ ਜਾਂ ਤਾਂ ਉਸੇ ਰੇਟ 'ਤੇ 100 ਰੁਪਏ 'ਤੇ ਹੀ ਆ ਜਾਵੇ ਫਿਰ ਠੀਕ ਹੈ, ਇਹਦੇ ਨਾਲ ਤਾਂ ਕੋਈ 5-10 ਰੁਪਏ ਤਾਂ ਬੱਚਾ ਹੀ ਲੈ ਜਾਂਦਾ ਖੋਹ ਕੇ ਧੱਕੇ ਨਾਲ ਹੀ। ਪੈਟਰੋਲ ਅਤੇ ਡੀਜ਼ਲ ਦੇ ਦਾਮ ਲਗਾਤਾਰ ਵੱਧ ਰਹੇ ਸੀ, ਜਿਸ ਨੂੰ ਲੈ ਕੇ ਆਮ ਲੋਕਾਂ ਦੀ ਜੋ ਅਰਥ ਵਿਵਸਥਾ ਹੈਗੀ ਹੈ ਉਹ ਵਿਗੜੀ ਹੋਈ ਸੀਗੀ। ਅਤੇ ਹੁਣ ਦੀ ਗੱਲ ਕਰੀਏ ਤਾਂ ਚੰਨੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ 10 ਰੁਪਏ ਪੈਟਰੋਲ ਅਤੇ 5 ਰੁਪਏ ਡੀਜ਼ਲ ਘਟਾਉਣ ਦਾ ਫੈਸਲਾ ਕੀਤਾ ਸੀ। ਪੈਟਰੋਲ ਪੰਪ 'ਤੇ ਮੌਜੂਦ ਹਾਂ, ਕਾਫੀ ਲੋਕ ਇੱਥੇ ਆਏ ਹੋਏ ਨੇ, ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਅੰਕਲ ਜੀ ਕੀ ਨਾਂ ਹੈ ਤੁਹਾਡਾ? ਦਰਸ਼ਨ ਸਿੰਘ ਹੈ ਜੀ। ਦਰਸ਼ਨ ਜੀ, ਸਰਕਾਰ ਨੇ ਫੈਸਲਾ ਕੀਤਾ ਹੁਣੇ ਹੁਣੇ ਕਿ 10 ਰੁਪਏ ਪੈਟਰੋਲ ਅਤੇ 5 ਰੁਪਏ ਡੀਜ਼ਲ ਘਟਾਇਆ ਜਾਵੇਗਾ, ਕਿੰਨਾ ਕੁ ਫਾਇਦਾ ਹੋਊਗਾ ਇਸ ਨਾਲ? ਇਸ ਨਾਲ ਵਾਹਵਾ ਫਾਇਦਾ ਹੋ ਜਾਊਗਾ, ਕਾਫੀ ਫਾਇਦਾ ਹੋ ਜਾਊਗਾ। ਹਾਂਜੀ, ਜੇ ਘਟਾਉਣ ਤਾਂ ਮੁੱਖ ਮੰਤਰੀ ਨੇ ਐਲਾਨ ਕਰਤਾ ਅੱਜ ਕਿ ਅੱਜ ਰਾਤ ਤੋਂ ਰੇਟ ਘੱਟ ਜਾਣਗੇ। ਬੜੀ ਖੁਸ਼ੀ ਦੀ ਗੱਲ ਆ, ਬਹੁਤ ਖੁਸ਼ੀ ਹੋਈ ਹੈ ਗੱਲ ਸੁਣ ਕੇ, ਚਰਨਜੀਤ ਸਿੰਘ ਚੰਨੀ ਦੀ ਬਹੁਤ ਖੁਸ਼ੀ ਹੋਈ ਹੈ ਜੀ। ਹਾਂਜੀ, ਆਮ ਲੋਕਾਂ ਦੀ ਗੱਲ ਕਰ ਰਹੇ ਜੀ, ਤੁਸੀਂ ਦੁੱਧ ਦਾ ਕੰਮ ਕਰਦੇ ਹੋ, ਦੁੱਧ ਦੇ ਰੇਟ ਵੱਧਦੇ ਹੈ ਤਾਂ ਤੁਹਾਨੂੰ ਵੀ ਫਰਕ ਪੈਂਦਾ ਇਸ ਚੀਜ਼ ਨਾਲ? ਜੇ ਦੁੱਧ ਦਾ ਰੇਟ ਵੱਧਦਾ ਤਾਂ ਫਰਕ ਤਾਂ ਪੈਣਾ ਹੀ ਹੈ ਜੀ, ਕਿਉਂ ਨਾ ਪਊਗਾ, ਪਬਲਿਕ ਨੂੰ ਵੀ ਫਰਕ ਪੈਂਦਾ। ਹਾਂਜੀ, ਮਹਿੰਗਾਈ ਹੋਣ ਨਾਲ ਤੁਸੀਂ ਉਹੀ ਰੇਟ ਦੇਣਾ ਹੁੰਦਾ, ਤੁਹਾਡੀ ਗੱਡੀ ਦਾ ਖਰਚਾ ਵੱਧ ਜਾਂਦਾ, ਉਸ 'ਚ ਨਾਲ ਕਿੰਨਾ ਕੁ ਫਰਕ ਪਊਗਾ? ਸਾਨੂੰ ਉਹਦੇ ਨਾਲ ਨਹੀਂ ਕੋਈ ਫਰਕ ਪੈਂਦਾ, ਉਹਨਾਂ ਸਾਡਾ ਪਿੰਡਾਂ ਦਾ ਰੇਟ ਵਧਾਉਣਾ ਪੈਂਦਾ ਸਾਨੂੰ। ਹਾਂਜੀ ਬਿਲਕੁਲ, ਤਾਂ ਲੋਕਾਂ ਦੀ ਗੱਲ ਤੁਸੀਂ ਵੇਖ ਸਕਦੇ ਹੋ। ਬਾਈ ਜੀ, ਤੁਹਾਡਾ ਨਾਮ ਕੀ ਹੈ? ਆਕਾਸ਼ ਜੀ। ਆਕਾਸ਼ ਜੀ, ਸਰਕਾਰ ਨੇ ਫੈਸਲਾ ਕੀਤਾ, ਐਲਾਨ ਕਰ ਦਿੱਤਾ ਕਿ ਅੱਜ ਰਾਤ ਤੋਂ 10 ਰੁਪਏ ਪੈਟਰੋਲ ਅਤੇ 5 ਰੁਪਏ ਡੀਜ਼ਲ ਦੇ ਰੇਟ ਘਟਾਏ ਜਾ ਰਹੇ ਨੇ। ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਜੀ, 20 ਰੁਪਏ ਵਧਾ ਕੇ 10 ਰੁਪਏ ਘਟਾ ਦੇਣਾ, ਇਹਦੇ 'ਚ ਕੋਈ ਗੱਲ ਹੀ ਨਹੀਂ ਹੈ। ਮਤਲਬ ਜ਼ਿਆਦਾ ਫਰਕ ਨਹੀਂ ਪਊਗਾ? ਕੋਈ ਫਰਕ ਨਹੀਂ ਪੈਂਦਾ ਜੀ। ਤਾਂ ਲੇਡੀ ਸਾਡੇ ਨਾਲ ਮੌਜੂਦ ਨੇ, ਤੁਹਾਡਾ ਕੀ ਨਾਮ ਹੈ ਜੀ? ਗੁਰਮੇਲ ਕੌਰ ਜੀ। ਗੁਰਮੇਲ ਜੀ, ਸਰਕਾਰ ਨੇ ਫੈਸਲਾ ਕੀਤਾ ਹੈ, ਐਲਾਨ ਕਰ ਦਿੱਤਾ ਕਿ 10 ਰੁਪਏ ਪੈਟਰੋਲ ਘਟਾ ਦੇਣਗੇ ਅਤੇ 5 ਰੁਪਏ ਡੀਜ਼ਲ ਘਟਾਉਣੇ, ਕਿੰਨਾ ਕੁ ਫਾਇਦਾ ਹੋਊਗਾ ਇਹਦੇ ਨਾਲ? ਇਹਦਾ 5 ਰੁਪਏ ਨਾਲ ਤਾਂ ਕੋਈ ਫਾਇਦਾ ਨਹੀਂ ਹੋਣਾ ਹੈਗਾ, ਜਾਂ ਤਾਂ ਉਸੇ ਰੇਟ 'ਤੇ ਆਵੇ ਫਿਰ ਠੀਕ ਹੈ, ਜਾਂ ਫਿਰ ਗਰੀਬਾਂ ਦੀਆਂ ਦਿਹਾੜੀਆਂ ਵੀ ਵਧਣ, ਜੋ 300 ਰੁਪਏ 'ਤੇ ਅੱਜ ਵੀ ਜਾਂਦੇ ਆ, ਪਹਿਲਾਂ ਵੀ ਜਾਂਦੇ ਸੀਗੇ, ਤੇਲ ਦੇ ਰੇਟ ਵਧਾ ਤੇ, ਦੁੱਧ ਦਾ ਉਹੀ ਰੇਟ 40 ਰੁਪਈਏ 50 ਰੁਪਈਏ, ਇਹ ਵੀ ਵਧਣਾ ਚਾਹੀਦਾ, ਇਹ ਵੀ 70-80 ਰੁਪਈਏ ਤੱਕ ਜਾਣਾ ਚਾਹੀਦਾ। ਫੀਡ ਦਾ ਰੇਟ ਵੱਧ ਗਿਆ, ਜ਼ਮੀਨਾਂ ਦਾ ਰੇਟ ਵੱਧ ਗਿਆ, ਤੂੜੀ ਦਾ ਰੇਟ ਵੱਧ ਗਿਆ, ਅਤੇ ਫਿਰ ਦੁੱਧ ਦਾ ਵੀ ਰੇਟ ਵਧਣਾ ਚਾਹੀਦਾ। ਜ਼ਿਮੀਂਦਾਰ ਕੀ ਕਰਨਗੇ ਅਤੇ ਕੀ ਕਰਨਗੇ ਵਿਚਾਰੇ, ਇਹ ਤਾਂ ਐਵੇਂ ਗੋਹਾ ਸੁੱਟੀ ਜਾਂਦੇ ਆ। ਹੁਣ ਇਹ ਕਹਿੰਦੇ ਆ ਕਿ ਅਸੀਂ ਵੀ ਬਹੁਤ ਵੱਡੀ ਰਾਹਤ ਦਿੱਤੀ ਹੈ, ਵੀ ਪੈਟਰੋਲ 'ਤੇ ਜਿੱਦਾਂ ਰੇਟ ਵਧਿਆ ਸੀਗਾ, 100 ਤੋਂ ਪਾਰ ਕਰ ਗਿਆ ਸੀਗਾ, 110 ਦੇ ਕਰੀਬ ਹੋ ਗਿਆ ਸੀਗਾ, ਵੀ ਅਸੀਂ 10 ਰੁਪਏ ਘਟਾ ਰਹੇ ਹਾਂ। ਕੁਛ ਨਹੀਂ ਬਚਦਾ ਹੈਗਾ, 5 ਰੁਪਏ ਨਾਲ ਤਾਂ ਕੋਈ ਫਾਇਦਾ ਨਹੀਂ ਪੈਂਦਾ ਹੈਗਾ, ਕੋਈ ਜਾਂ ਤਾਂ ਉਸੇ ਰੇਟ 'ਤੇ 100 ਰੁਪਏ 'ਤੇ ਹੀ ਆ ਜਾਵੇ ਫਿਰ ਠੀਕ ਹੈ, ਇਹਦੇ ਨਾਲ ਤਾਂ ਕੋਈ 5-10 ਰੁਪਏ ਤਾਂ ਬੱਚਾ ਹੀ ਲੈ ਜਾਂਦਾ ਖੋਹ ਕੇ ਧੱਕੇ ਨਾਲ ਹੀ, ਅਤੇ ਸਬਜ਼ੀਆਂ ਦੇ ਤਾਂ ਉਹੀ ਰੇਟ ਚੱਲੀ ਜਾਂਦੇ ਆ, ਸਬਜ਼ੀਆਂ ਦੇ ਤਾਂ ਰੇਟ ਵਧਣੇ ਚਾਹੀਦੇ, ਉਹੀ 5-10 ਰੁਪਈਏ, 20 ਰੁਪਈਏ, 50 ਰੁਪਈਏ, ਅਤੇ ਇੰਨੀ ਮਹਿੰਗਾਈ ਆ, ਰੇਹ ਕਿੰਨੀ ਮਹਿੰਗੀ ਕਰਤੀ, ਯੂਰੀਆ ਰੇਹ ਕਿੰਨੀ ਮਹਿੰਗੀ ਕਰਤੀ, DAP ਕਿੰਨੀ ਮਹਿੰਗੀ ਕਰਤੀ, ਅਤੇ ਸਬਜ਼ੀ ਦਾ ਤਾਂ ਅੱਜ ਹੀ ਉਹ 30-40 ਰੁਪਈਏ ਰੇਟ ਹੈ। ਯਾਨੀ ਕਿ ਇਕੱਲਾ ਪੈਟਰੋਲ ਨਹੀਂ, ਸਾਰੇ ਰੇਟ ਜਿਹੜੀ ਚੀਜ਼ ਮਹਿੰਗੀ ਹੋਈ ਘੱਟ ਹੋਣੀ ਚਾਹੀਦੀ ਨੇ। ਲੀੜਾ ਕੱਪੜਾ ਵਧਾ ਤਾ, ਪੈਟਰੋਲ ਵਧਾ ਤਾ, ਮਿਹਨਤ ਉੱਥੇ ਆ, ਮਨਜ਼ੂਰੀ ਉੱਥੇ, ਅਸੀਂ ਤਾਂ ਗਰੀਬ ਤਾਂ ਉੱਥੋਂ ਹੀ ਭਰਦੇ ਹਾਂ ਨਾ, ਦਿਹਾੜੀ ਕਰਕੇ ਫਿਰ ਹੀ ਪੈਟਰੋਲ ਪਾਉਣਾ, ਫਿਰ ਅਸੀਂ ਲੀੜਾ ਕੱਪੜਾ ਲੈਣਾ, ਅਤੇ ਇਹ ਸਾਰੀਆਂ ਚੀਜ਼ਾਂ ਵਧਾਈਆਂ ਜਾਣ, ਜਾਂ ਤਾਂ ਇੱਕੋ ਬਰਾਬਰ ਕੀਤੀਆਂ ਜਾਣ, ਅਤੇ ਜਾਂ ਫਿਰ ਇਹਨੂੰ ਵੀ ਘਟਾ ਦਿਓ। ਠੀਕ ਹੈ ਜੀ, ਬਿਲਕੁਲ, ਤਾਂ ਤਸਵੀਰਾਂ ਤੁਸੀਂ ਵੇਖ ਰਹੇ ਹੋ, ਇੱਥੇ ਤੇਲ ਪਵਾਉਣ ਲਈ ਲੋਕ ਆਏ ਨੇ, ਤੁਹਾਡਾ ਕੀ ਨਾਮ ਹੈ? ਪ੍ਰਦੀਪ ਕੁਮਾਰ ਸਰ। ਪ੍ਰਦੀਪ ਜੀ, ਕੀ ਲੱਗਦਾ ਜਿਹੜਾ ਹੁਣ ਚੰਨੀ ਸਾਹਿਬ ਨੇ ਐਲਾਨ ਕੀਤਾ ਕਿ ਅੱਜ ਰਾਤ ਤੋਂ ਰੇਟ ਘੱਟ ਜਾਣਗੇ, ਕਿੰਨਾ ਫਰਕ ਪਊਗਾ? ਫਰਕ ਬਹੁਤ ਪਊਗਾ, 10 ਰੁਪਏ ਬਹੁਤ ਹੁੰਦੇ, ਬਹੁਤ ਹੁੰਦੇ 10 ਰੁਪਏ, ਸੋਚੀਏ ਤਾਂ 10 ਰੁਪਏ ਤਾਂ ਰੁਪਈਆ ਪਹਿਲਾਂ ਛੋਟੇ ਹੁੰਦੇ ਕਿੰਨੇ ਹੁੰਦੇ ਸੀ, ਅਤੇ 10 ਰੁਪਏ ਫਿਰ ਬਹੁਤ ਆਈ, ਬਹੁਤ ਫਰਕ ਪਊਗਾ ਜੀ, ਪਊਗਾ ਜੀ। ਆਮ ਲੋਕਾਂ ਦੀ ਗੱਲ ਕਰੀਏ ਤਾਂ ਆਮ ਲੋਕ, ਕਿਉਂਕਿ ਰੇਟ ਵੱਧਦਾ ਕਿਤੇ ਨਾ ਕਿਤੇ, ਰੋਜ਼ਾਨਾ ਆਮ ਵਿਅਕਤੀ ਨੇ ਤਾਂ ਮੋਟਰਸਾਈਕਲ 'ਤੇ ਜਾਣਾ ਹੁੰਦਾ, ਕਾਰ 'ਤੇ ਜਾਣਾ ਹੁੰਦਾ, ਤਾਂ ਸਿੱਧੇ ਤੌਰ 'ਤੇ ਕਿਹਾ ਜਾ ਸਕਦਾ ਕਿ ਵੱਡਾ ਫਾਇਦਾ ਕੀਤਾ ਚੰਨੀ ਸਾਹਿਬ ਨੇ? ਬਹੁਤ ਵੱਡਾ ਫਾਇਦਾ ਕੀਤਾ, ਅਤੇ ਦਿਹਾੜੀ ਹਰੇਕ ਚੀਜ਼ ਦੇ ਰੇਟ ਵਧੀ ਜਾਂਦੇ ਆ ਜੀ, ਅਗਲੇ ਪੈਸੇ ਵੀ, ਤਨਖਾਹ ਵੀ ਵਧੀ ਜਾਂਦੀ ਲੋਕਾਂ ਦੀ, ਅਤੇ ਤੇਲ ਦਾ ਰੇਟ ਵੱਧ ਗਿਆ ਕੋਈ ਚੱਕਰ ਨਹੀਂ ਹੈ, ਘਟਿਆ ਫਿਰ ਵੀ ਫਾਇਦਾ ਬਹੁਤ ਆ ਜੀ, ਬਹੁਤ ਫਾਇਦਾ ਹੈ ਕਿ ਤਾਂ ਪੰਪ ਦੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਲੋਕ ਲਗਾਤਾਰ ਆ ਰਹੇ ਨੇ, ਅਤੇ ਤੇਲ ਜੋ ਹੈਗਾ ਇੱਥੇ ਪਵਾਉਣ ਵਾਲੀ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਆਪਾਂ। ਕਿ ਬਾਈ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਪ੍ਰੀਤਿੰਦਰ। ਸਰ, ਚੰਨੀ ਸਾਹਿਬ ਨੇ ਐਲਾਨ ਕੀਤਾ ਕਿ ਅੱਜ ਰਾਤ ਤੋਂ ਪੈਟਰੋਲ 10 ਰੁਪਏ ਸਸਤਾ ਅਤੇ ਡੀਜ਼ਲ 5 ਰੁਪਏ ਸਸਤਾ ਹੋ ਜਾਵੇਗਾ, ਕਿੰਨਾ ਕੁ ਬੈਨੀਫਿਟ ਹੋਊਗਾ ਲੋਕਾਂ ਨੂੰ? ਜਦੋਂ ਹੋਊਗਾ ਜੀ ਉਦੋਂ ਵੇਖਾਂਗੇ, ਹਜੇ ਤੱਕ ਗੱਲਾਂ ਤਾਂ ਬਹੁਤ ਹੋਈਆਂ ਨੇ। ਅੱਜ ਐਲਾਨ ਕਰ ਚੁੱਕੇ ਹੁਣੇ ਹੁਣੇ ਮੁੱਖ ਮੰਤਰੀ ਸਾਹਿਬ ਦੀ ਪ੍ਰੈਸ ਕਾਨਫਰੰਸ ਹੋਈ ਹੈ, ਉਹਨਾਂ ਨੇ ਐਲਾਨ ਕਰ ਦਿੱਤਾ ਸੀ। ਅੱਛਾ, 10 ਰੁਪਏ ਨਾਲ ਵੈਸੇ ਕੋਈ ਖਾਸ ਫਰਕ ਤਾਂ ਨਹੀਂ ਪੈਣਾ ਜੀ, ਜਿੰਨਾ ਆਪਾਂ ਥੋੜ੍ਹਾ ਕੁ ਚਿਰ ਪਹਿਲਾਂ ਤਾਂ ਪਿੱਛੇ ਨਜ਼ਰ ਮਾਰੀਏ, ਅਤੇ ਜਿਵੇਂ ਹੁਣ ਅਸੀਂ ਬਠਿੰਡੇ ਨੂੰ ਜ਼ਿਆਦਾ ਜਾਂਦੇ ਸੀ,
ਤੇ 300 ਦੇ ਵਿੱਚ ਅਸੀਂ ਅਪ ਡਾਊਨ ਕਰ ਲੈਂਦੇ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਵੀ ਵਿੱਚੋਂ ਗੇੜਾ ਨਿਕਲ ਜਾਂਦਾ, ਮਗਰ ਅੱਜ ਕੱਲ੍ਹ ਤਾਂ ਜੇ ਹੁਣ ਆਪਾਂ 500 ਤੋਂ ਉੱਪਰ 600-700 ਦਾ ਤੇਲ ਆ ਜਿਹੜਾ ਉਹ ਲੱਗ ਜਾਂਦਾ, ਅਤੇ 10 ਰੁਪਏ ਦੇ ਨਾਲ ਕਿੰਨਾ ਕੁ ਫਰਕ ਪੈ ਜੂਗਾ ਜੀ? ਜਾਂ ਤਾਂ ਫਿਰ ਹੋਵੇ ਨਾ, ਜਿਹੜਾ ਐਕਸਟਰਾ ਇਹਨਾਂ ਨੇ ਵਧਾਈ ਆਉਂਦੇ ਆ, ਪਿੱਛੋਂ ਕਿੰਨਾ ਟਾਈਮ ਹੋ ਗਿਆ ਵਧਾ ਰਹੇ ਆ, ਜਾਂ ਤਾਂ ਫਿਰ ਉਸ ਚੀਜ਼ ਨੂੰ ਵੀ ਫਿਰ ਵਿੱਚ ਸਟੇਬਲ ਕਰਨਾ। ਇਹ ਤਾਂ ਐਂ ਆ ਵੀ ਪਹਿਲਾਂ ਤਾਂ ਵਧਾ ਦਿਓ, ਪਹਿਲਾਂ 100 ਰੁਪਇਆ ਵਧਾ ਦਿਓ, ਬਾਅਦ 'ਚ 10 ਰੁਪਏ ਦੀ ਟੋਫੀ ਦੇ ਦਿਓ, ਜਵਾਕ ਵਰ ਜੂਗਾ, ਤੁਸੀਂ ਆਪ ਹੀ ਦੱਸ ਦਿਓ। ਬਿਲਕੁਲ, ਤਾਂ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਹੈਗੀ ਹੈ, ਕਿਉਂਕਿ ਸਿੱਧੇ ਤੌਰ 'ਤੇ ਕਿਹਾ ਜਾ ਰਿਹਾ ਕਿ ਜਿੱਥੇ ਰੇਟ ਸੀਗੇ ਪਹਿਲੇ ਉੱਥੇ ਹੀ ਉਨੇ ਹੀ ਰੇਟ ਮੁੜ ਤੋਂ ਹੋਣੇ ਚਾਹੀਦੇ ਨੇ। ਅਤੇ ਇਸ ਚੀਜ਼ ਨਾਲ ਕੋਈ ਜ਼ਿਆਦਾਤਰ ਲੋਕਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਰੇਟ ਡਬਲ ਕਰਕੇ ਉੱਥੋਂ 10 ਰੁਪਏ ਘਟਾ ਦਿੰਦੇ ਨੇ ਤਾਂ ਆਮ ਲੋਕਾਂ ਨੂੰ ਇਸ ਤਰ੍ਹਾਂ ਕੋਈ ਜ਼ਿਆਦਾ ਰਾਹਤ ਨਹੀਂ ਮਿਲੇਗੀ। ਇਹਨੂੰ ਸਿਰਫ ਲੋਲੀਪੋਪ ਕਰਾਰ ਲੋਕਾਂ ਵੱਲੋਂ ਦਿੱਤਾ ਗਿਆ। ਫਿਲਹਾਲ ਵੇਖਦੇ ਹਾਂ ਕਿ ਚੰਨੀ ਸਰਕਾਰ ਅਗਲਾ ਫੈਸਲਾ ਕੀ ਲੈ ਕੇ ਆਉਂਦੀ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੇ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਣ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ, ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ, 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ 'ਤੇ ਲਿਖ ਕੇ ਲਵੋ ਕੰਮ ਦੀ ਗਰੰਟੀ, ਜਾਂ ਕਹਿਣੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ, 21 ਵਾਰ ਗੋਲਡ ਮੈਡਲਿਸਟ, ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ, ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ, ਇਲਮਾਂ ਦੇ ਮਾਹਿਰ, A to Z ਸਮੱਸਿਆਵਾਂ ਦਾ ਫੋਨ 'ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਰੰਟੀ, ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ ਚਨਪਨ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ, 98 199 37 467।